ਕਿਸਾਨ ਆਤਮ ਹੱਤਿਆ ਤੇ ਮੱਧ ਪ੍ਰਦੇਸ਼ ਦੇ ਕਿਸਾਨ ਭਲਾਈ ਮੰਤਰੀ ਦਾ ਵਿਵਾਦਿਤ ਬਿਆਨ। ਸੂਬੇ 'ਚ ਕਿਸਾਨਾਂ ਦੀ ਆਤਮ ਹੱਤਿਆ ਤੇ ਮੱਧ ਪ੍ਰਦੇਸ਼ ਦੇ ਕਿਸਾਨ ਭਲਾਈ ਮੰਤਰੀ ਬਾਲ ਕ੍ਰਿਸ਼ਨ ਪਾਟੀਦਾਰ ਨੇ ਵਿਵਾਦਿਤ ਬਿਆਨ ਦਿੱਤਾ ਹੈ। ਬਾਤ ਹੈ, ਆਤਮ ਹੱਤਿਆ ਕੌਣ ਨਹੀਂ ਕਰਤਾ ਬਤਾਓ ਮੇਰੇ ਕੋ? ਵਿਆਪਾਰੀ ਕਰਤਾ ਹੈ, ਵੋ ਹਮਾਰੇ ਘਟਵਾ ਮਿਲ ਕਾ ਵਿਆਪਾਰੀ ਮਾਲਿਕ ਗਿਰਧਾਰੀ ਲਾਲ ਅਗਰਵਾਲ, ਪੁਲਿਸ ਕਾ ਕਮਿਸ਼ਨਰ, ਚਾਹੇ ਬੜੇ ਬੜੇ ਅਭੀ ਅਭੀ ਇੱਕ TI ਨੇ ਗੋਲੀ ਮਾਰ ਲੀ, ਕਭੀ SP ਮਾਰ ਲੇਤਾ ਹੈ, कभी IAS IPS भी कर लेते हैं, तो व्यापारी भी करता है, मजदूर भी करता है। ये जो आत्महत्या है ना, ये यहाँ की नहीं है प्रॉब्लम, ये विश्व की प्रॉब्लम है। ये मैं बताता हूँ कि आत्महत्या का कारण जो आत्महत्या करने वाला है ना, वही जानता है। हम लोग सिर्फ अंदाज लगाते हैं कि इसके कारण मर गया होगा, इसके कारण आत्महत्या कर ली, लेकिन ये संसार में आत्महत्या करने का कोई कारण ही नहीं है।